ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਸ਼ਰਨ ਲਈ ਦਾਅਵਾ ਕਰਨਾ ਨਹੀਂ ਰਿਹਾ ਆਸਾਨ ਟਰੂਡੋ ਸਰਕਾਰ ਦੁਨੀਆ ਭਰ 'ਚ ਚਲਾਏਗੀ ਪ੍ਰਚਾਰ ਮੁਹਿੰਮ ਪ੍ਰਾਈਵੇਟ ਰਿਫਿਊਜੀ ਸਪਾਂਸਰਸ਼ਿਪ 'ਤੇ ਉੱਪਰ ਅਗਲੇ ਸਾਲ ਤੱਕ ਰੋਕ ਬਿਨੇਕਾਰ ਹੋਰ ਪ੍ਰੋਗਰਾਮਾਂ ਤਹਿਤ ਸ਼ਰਨਾਰਥੀ ਅਰਜ਼ੀਆਂ ਦੇਖ ਸਕਣਗੇ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਣ ਦੀ ਕਹੀ ਗੱਲ ਟਰੰਪ ਦੇ ਮਜ਼ਾਕ ਤੇ ਜਸਟਨ ਟਰੂਡੋ ਦੀ ਹਾਲਤ ਹੋਈ ਪਤਲੀ ਟਰੰਪ ਦੀ ਧਮਕੀ ਮਗਰੋਂ ਆਪਸ 'ਚ ਉਲਝੇ ਕੈਨੇਡਾ ਤੇ ਮੈਕਸੀਕੋ ਦੋਵੇਂ ਦੇਸ਼ਾਂ ਦੇ ਲੀਡਰ ਇੱਕ ਦੂਜੇ ਖਿਲਾਫ ਕਰ ਰਹੇ ਬਿਆਨਬਾਜ਼ੀ ਕੈਨੇਡਾ ਇੱਕ ਗਲੋਬਲ ਆਨਲਾਈਨ ਵਿਗਿਆਪਨ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਵਿੱਚ ਇਹ ਦੱਸਿਆ ਜਾਏਗਾ ਕਿ ਕੈਨੇਡਾ 'ਚ ਸ਼ਰਨ ਲੈਣਾ ਹੁਣ ਆਸਾਨ ਨਹੀਂ ਰਿਹਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਸਰਕਾਰ 스ਪੈਨਿਸ਼, ਉਰਦੂ, ਯੂਕਰੇਨੀ, ਹਿੰਦੀ ਅਤੇ ਤਮਿਲ ਭਾਸ਼ਾ ਸਮੇਤ 11 ਭਾਸ਼ਾਵਾਂ 'ਚ ਮਾਰਚ ਤੱਕ 1,78,662 ਡਾਲਰ ਦੇ ਇਸ਼ਤਿਹਾਰ ਜਾਰੀ ਕਰੇਗੀ। ਇਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਵਾਸੀ ਵਿਰੋਧੀ ਸਰਕਾਰ ਦੁਆਰਾ ਇਮੀਗ੍ਰੇਸ਼ਨ 'ਚ ਵੱਡੇ ਬਦਲਾਅ ਅਤੇ ਸ਼ਰਨਾਰਥੀਆਂ ਦੀਆਂ ਵੱਧਦੀਆਂ ਆਮਦਾਨ ਨੂੰ ਘਟਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਕੈਨੇਡਾ ਨੇ ਆਪਣੇ ਦੇਸ਼ 'ਚ ਪੈਦਾ ਹੋਏ ਰਿਹਾਇਸ਼ੀ ਸੰਕਟ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਬਾਹਰੀ ਲੋਕਾਂ ਦੀ ਆਮਦ ਕਾਰਨ ਮਕਾਨਾਂ ਦੀਆਂ ਕੀਮਤਾਂ ਵੱਧ ਗਈਆਂ ਨੇ ਤੇ ਇਸ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੁਝ ਮਾਹਿਰਾਂ ਨੇ ਦਲੀਲ ਦਿੱਤੀ ਹੈ ਕਿ ਇਹ ਟਰੂਡੋ ਸਰਕਾਰ ਵੱਲੋਂ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਸਰਵੇਖਣ ਦੱਸਦੇ ਨੇ ਕਿ ਕੈਨੇਡੀਅਨਸ ਦਾ ਮੰਨਣਾ ਹੈ ਕਿ ਵੱਧਦੀ ਜਨਸੰਖਿਆ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰ ਰਹੀ ਹੈ। 4 ਮਹੀਨਿਆਂ ਦੀ ਇਸ ਮੁਹਿੰਮ ਦਾ ਬਜਟ ਪਿਛਲੇ 7 ਸਾਲਾਂ 'ਚ ਇਸੇ ਤਰ੍ਹਾਂ ਦੇ ਇਸ਼ਤਿਹਾਰਾਂ ਤੇ ਕੀਤੇ ਗਏ ਕੁੱਲ ਖਰਚ ਦਾ 1 ਤਿਹਾਈ ਹੈ ਮੰਤਰਾਲੇ ਨੇ ਕਿਹਾ ਕਿ ਕੈਨੇਡਾ 'ਚ ਸ਼ਰਨ ਦਾ ਦਾਵਾ ਕਿਵੇਂ ਕਰੀਏ ਅਤੇ ਸ਼ਰਨਾਰਥੀ ਕੈਨੇਡਾ ਵਰਗੇ ਖੋਜ ਸਵਾਲ ਕੈਨੇਡਾ ਦੀ ਸ਼ਰਨ ਪ੍ਰਣਾਲੀ ਸ਼ਰਨ ਤਤ ਸਰਲੇਖ ਵਾਲੀ ਸਪੌਂਸਰਡ ਸਮਗਰੀ ਨੂੰ ਉਤਸ਼ਾਹਿਤ ਕਰਨਗੇ ਇੱਕ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਕੈਨੇਡਾ 'ਚ ਸ਼ਰਨ ਲਈ ਦਾਵਾ ਕਰਨਾ ਆਸਾਨ ਨਹੀਂ ਯੋਗਤਾ ਪੂਰੀ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਨੇ ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਕੇ ਅਮਰੀਕਾ ਚ ਚੁਣੇਗਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੁੱਸੇ ਨੂੰ ਵੀ ਘੱਟ ਕਰਨਾ ਚਾਹੁੰਦਾ ਹੈ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਤੋਂ ਹਰ ਸਾਲ ਵੱਡੀ ਗਿਣਤੀ ਚ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਦੇ ਦੇਸ਼ ਚ ਦਾਖਲ ਹੋ ਰਹੇ ਨੇ ਕੈਨੇਡਾ ਵੱਲੋਂ ਪ੍ਰਾਈਵੇਟ ਰੈਫਿਊਜੀ ਸਪਾਂਸਰਸ਼ਿਪ ਉੱਪਰ ਅਗਲੇ ਸਾਲ ਤੱਕ ਰੋਕ ਲਗਾ ਦਿੱਤੀ ਗਈ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਲਗਾਈ ਗਈ ਇਹ ਰੋਕ 31 ਦਸੰਬਰ 2025 ਤੱਕ ਲਾਗੂ ਰਹੇਗੀ ਜ਼ਿਕਰਯੋਗ ਹੈ ਕਿ ਇਹ ਰੋਕ ਦਾ ਇਹ ਭਾਵ ਨਹੀਂ ਹੈ ਕਿ ਹੋਰ ਤਰੀਕੇ ਨਾਲ ਸ਼ਰਨਾਰਥੀ ਅਰਜ਼ੀਆਂ ਨਹੀਂ ਦਿੱਤੀਆਂ ਜਾ ਸਕਣਗੀਆਂ ਬਿਨੇਕਾਰ ਹੋਰ ਨਾ ਪ੍ਰੋਗਰਾਮਾਂ ਤਹਿਤ ਸ਼ਰਨਾਰਥੀ ਅਰਜ਼ੀਆਂ ਦੇ ਸਕਣਗੇ ਪ੍ਰਾਈਵੇਟ ਸਪான்ਸਰਸ਼ਿਪ ਪ੍ਰੋਗਰਾਮ ਤਹਿਤ ਜਿੱਥੇ ਵੱਖ-ਵੱਖ ادارے ਸ਼ਰਨਾਰਥੀਆਂ ਨੂੰ ਸਪான்ਸਰ ਕਰ ਸਕਦੇ ਨੇ ਉੱਥੇ ਹੀ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਵਿਅਕਤੀ ਪੰਜ ਜਾਂ ਵੱਧ ਵਿਅਕਤੀਆਂ ਦਾ ਗਰੁੱਪ ਬਣਾ ਕੇ ਸਪੌਂਸਰ ਕਰ ਸਕਦੇ ਨੇ ਸਪੌਂਸਰ ਕਰਨ ਵਾਲੇ ਸਮੂਹ ਸ਼ਰਨਾਰਥੀਆਂ ਨੂੰ ਸਪੌਂਸਰਸ਼ਿਪ ਦੀ ਮਿਆਦ ਲਈ ਦੇਖਭਾਲ ਰਹਿائش ਆਦ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤ ਹੁੰਦੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਸਪੌਂਸਰਸ਼ਿਪ ਦੀ ਮਿਆਦ 12 ਮਹੀਨੇ ਹੁੰਦੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਹਾਊਸ ਆਫ ਕਾਮਨਸ ਦੀ ਸਟੈਂਡਿੰਗ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ 25 ਨਵੰਬਰ ਨੂੰ ਹੋਈ ਮੀਟਿੰਗ 'ਚ ਰਿਫਿਊਜੀ ਪ੍ਰੋਗਰਾਮ 'ਚ ਕੁਝ ਬਦਲਾਅ ਕਰਨ ਦੀ ਗੱਲ ਆਖੀ ਸੀ ਜ਼ਿਕਰ ਹੋ ਗਿਆ ਕਿ ਕੈਨੇਡਾ 'ਚ ਬਹੁਤ ਸਾਰੇ ਬਿਨੇਕਾਰਾਂ ਵੱਲੋਂ ਰਿਫਿਊਜੀ ਅਰਜ਼ੀਆਂ ਦਿੱਤੇ ਜਾਣ ਦੇ ਦਰਮਿਆਨ ਲਿਬਰਲ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ ਇਸ ਰੋਕ ਬਾਬਤ ਆਪਣੇ ਪ੍ਰੈਸ ਰਿਲੀਜ਼ 'ਚ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਸਾਲ ਸਪான்ਸਰ ਕੀਤੇ ਸ਼ਰਨਾਰਥੀਆਂ ਦੀ ਗਿਣਤੀ ਨਿਰਧਾਰਤ ਕੀਤੀ ਜਾਂਦੀ ਹੈ ਮੰਤਰਾਲੇ ਮੁਤਾਬਕ ਪ੍ਰਾਈਵੇਟ ਸਪான்ਸਰਸ਼ਿਪ ਦੀਆਂ ਅਰਜ਼ੀਆਂ 'ਚ ਲਗਾਤਾਰ ਵਾਧਾ ਹੋਣ ਦੇ ਚੱਲਦਿਆਂ ਪ੍ਰੋਸੈਸਿੰਗ ਸੀਮਾ 'ਚ ਵਾਧਾ ਹੁੰਦਾ ਹੈ ਕੈਨੇਡੀਅਨ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੇ ਗਏ ਅੰਕੜੇ ਦਰਸਾਉਂਦੇ ਨੇ ਕਿ ਸ਼ਰਨਾਰਥੀ ਅਤੇ ਸ਼ਰਨ ਦੇ ਦਾਅਵਿਆਂ ਦੀ ਪ੍ਰਕਿਰਿਆ ਲਈ ਔਸਤ ਉਡੀਕ ਸਮਾਂ ਲਗਭਗ 44 ਮਹੀਨੇ ਹੈ। ਮਿਲਰ ਨੇ ਹਾਊਸ ਆਫ ਕਾਮਨਸ ਇਮੀਗ੍ਰੇਸ਼ਨ ਕਮੇਟੀ ਨੂੰ ਦੱਸਿਆ ਕਿ ਰਿਫਿਊਜੀ ਅਰਜ਼ੀਆਂ ਦਾ ਨਿਪਟਾਰਾ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਹੈ। ਅੰਕੜਿਆਂ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 48000 ਰਿਫਿਊਜੀ ਦਾਅਵਿਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਮੰਤਰੀਅਲੇ ਦਾ ਕਹਿਣਾ ਹੈ ਕਿ ਸ਼ਰਨਾਰਥੀਆਂ ਤੇ ਕੈਨੇਡਾ ਚ ਸਪੌਂਸਰਾਂ ਨੂੰ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਨ ਲਈ ਉਕਤ ਅਰਜ਼ੀਆਂ ਨੂੰ ਸਵੀਕਾਰਨ ਤੇ ਆਰਜੀ ਲੋਕ ਲਗਾਈ ਗਈ ਹੈ। ਮੰਤਰੀਅਲੇ ਦਾ ਕਹਿਣਾ ਹੈ ਕਿ ਇਹ ਨਿਯਮ 31 ਦਸੰਬਰ 2025 ਤੱਕ ਲਾਗੂ ਰਹਿਣਗੇ ਜਿਸ ਨਾਲ ਬਾਕੀ ਅਰਜ਼ੀਆਂ ਦਾ ਨਿਪਟਾਰਾ ਸਮੇਂ ਸਿਰ ਹੋ ਸਕੇਗਾ। ਫੈਡਰਲ ਸਰਕਾਰ ਵੱਲੋਂ ਆਉਂਦੇ ਵਰਿਆਂ ਦੌਰਾਨ ਪੀਆਰ ਦੇ ਟੀਚੇ ਘਟਾਏ ਗਏ ਨੇ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2025 ਚ 3,95,000 ਵਿਅਕਤੀਆਂ ਨੂੰ ਪੀਆਰ ਦਿੱਤੀ ਜਾਣੀ ਹੈ। 2026 ਚ 380000 ਤੇ 2027 ਲਈ 365000 ਪੀਆਰ ਦੀਆਂ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਣਾ ਹੈ। 2025 ਦੌਰਾਨ 58350 ਸ਼ਰਨਾਰਥੀ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਣਾ ਹੈ। 2026 ਦੌਰਾਨ 55350 ਤੇ 2027 ਦੌਰਾਨ 54350 ਰਿਫਿਊਜੀ ਅਰਜ਼ੀਆਂ ਨੂੰ ਸਵੀਕਾਰ ਕੀਤੇ ਜਾਣ ਦਾ ਟੀਚਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਅਜੀਹਾ ਕਹਿ ਦਿੱਤਾ ਕਿ ਉਹਨਾਂ ਦੀ ਹਾਲਤ ਪਤਲੀ ਹੋ ਗਈ। ਹਾਲ ਹੀ ਚ ਜਦੋਂ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤਾਂ ਜਸਟਿਨ ਟਰੂਡੋ ਅਚਾਨਕ ਟਰੰਪ ਨੂੰ ਮਿਲਣ ਲਈ ਪਹੁੰਚ ਗਏ ਸਨ ਟਰੂਡੋ ਨੇ ਟਰੰਪ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਟਰੰਪ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦਿਓ ਇਹ ਸੁਣ ਕੇ ਟਰੂਡੋ ਹੈਰਾਨ ਰਹਿ ਗਏ ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਟਰੰਪ ਨੇ ਟਰੂਡੋ ਨੂੰ ਸੁਝਾਅ ਦਿੱਤਾ ਕਿ ਜੇਕਰ ਕੈਨੇਡਾ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰ ਸਕਦਾ ਤਾਂ ਉਸ ਨੂੰ ਅਮਰੀਕਾ ਦਾ 51ਵਾਂ ਸੂਬਾ ਬਣ ਕੇ ਵਿਚਾਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ 트੍ਰੰਪ ਨੇ ਟਰੂਡੋ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਕੈਨੇਡਾ ਸਰਹੱਦੀ ਮੁੱਦੇ ਅਤੇ ਵਪਾਰ ਘਾਟੇ ਨੂੰ ਹੱਲ ਨਹੀਂ ਕਰ ਸਕਦਾ ਤਾਂ ਅਸੀਂ ਕੈਨੇਡੀਅਨ ਉਤਪਾਦਾਂ ਤੇ 25% ਦੇ ਟੈਰਿਫ ਲਗਾ ਦੇਵਾਂਗੇ ਇਸ ਤੇ ਟਰੂਡੋ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਟਰੂਡੋ ਨੇ ਕਿਹਾ ਜੇਕਰ ਤੁਸੀਂ ਅਜਿਹਾ ਕਰ ਦਿਓ ਤਾਂ ਕੈਨੇਡਾ ਦੀ ਆਰਥਿਕਤਾ ਟਹਿ ਜਾਵੇਗੀ ਇਸ ਤੇ ਟਰੰਪ ਨੇ ਜਵਾਬ ਦਿੱਤਾ ਕਿ ਤੁਹਾਡਾ ਦੇਸ਼ ਅਮਰੀਕਾ ਨੂੰ ਖੋਖਲਾ ਕਰਨ ਲਈ ਬਣਾਇਆ ਗਿਆ ਹੈ ਟਰੰਪ ਨੇ ਜਸਟਿਨ ਟਰੂਡੋ ਨੂੰ ਕਿਹਾ ਕਿ ਅਮਰੀਕਾ ਨਾਲ 100 ਅਰਬ ਰੁਪਏ ਦਾ ਵਪਾਰਕ ਘਾਟਾ ਹੈ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਸਖਤ ਫੈਸਲੇ ਲੈਣ ਲਈ ਮਜਬੂਰ ਹੋਵਾਂਗੇ ਕੈਨੇਡਾ ਚਾਹੇ ਤਾਂ ਅਮਰੀਕਾ ਦਾ 51ਵਾਂ ਸੂਬਾ ਬਣ ਸਕਦਾ ਹੈ ਅਸੀਂ ਜਸਟਿਨ ਟਰੂਡੋ ਨੂੰ ਇਸ ਦਾ ਗਵਰਨਰ ਬਣਾਵਾਂਗੇ ਇਸ ਤੇ ਟਰੂਡੋ ਨੇ ਕਿਹਾ ਨਹੀਂ ਪ੍ਰਧਾਨ ਮੰਤਰੀ ਦਾ ਅਹੁਦਾ ਬਿਹਤਰ ਹੈ ਪਰ ਜਸਟਿਨ ਟਰੂਡੋ ਨੂੰ ਟਰੰਪ ਦੀ ਇਸ ਟਿੱਪਣੀ ਤੇ ਜਿਵੇਂ ਸੱਪ ਸੁੰਘ ਗਿਆ ਹੋਵੇ ਉਸ ਨੂੰ ਸਮਝ ਨਹੀਂ ਆਇਆ ਕਿ ਟਰੰਪ ਨੇ ਅਜਿਹਾ ਕਿਉਂ ਕੀਤਾ ਜਿਵੇਂ ਚਰਚਾ ਅੱਗੇ ਵਧੀ ਟਰੰਪ ਨੇ ਟਰੂਡੋ ਤੇ ਅਮਰੀਕਾ ਕੈਨੇਡਾ ਸਰਹੱਦ ਨੂੰ ਸੁਰੱਖਿਅਤ ਕਰਨ ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਸਨੇ 70 ਤੋਂ ਵੱਧ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਸਮੇਤ ਨਸ਼ਿਆਂ ਤੇ ਲੋਕਾਂ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਸੂਤਰਾਂ ਮੁਤਾਬਕ ਡਿਨਰ ਟੇਬਲ ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਮਜ਼ਾਕ 'ਚ ਕਿਹਾ ਕਿ ਕੈਨੇਡਾ ਅਮਰੀਕਾ ਦਾ ਇੱਕ ਉਦਾਰਵਾਦੀ ਸੂਬਾ ਹੋਵੇਗਾ ਜਿਸ ਨਾਲ ਉੱਥੇ ਮੌਜੂਦ ਹਰ ਕੋਈ ਹੱਸ ਪਿਆ। ਇਸ ਤੋਂ ਬਾਅਦ 트੍ਰੰਪ ਨੇ ਫਿਰ ਸੁਝਾ ਦਿੱਤਾ ਕਿ ਕੈਨੇਡਾ ਨੂੰ ਦੋ ਰਾਜਾਂ 'ਚ ਵੰਡਿਆ ਜਾ ਸਕਦਾ ਹੈ, ਇੱਕ ਰੂੜੀਵਾਦੀ ਤੇ ਦੂਜਾ ਉਦਾਰਵਾਦੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਗੱਲਬਾਤ ਦੌਰਾਨ ਮੇਜ਼ ਤੇ ਮੌਜੂਦ ਲੋਕ ਬਹੁਤ ਹੱਸੇ ਪਰ 트ੰਪ ਨੇ ਇਸ ਨੂੰ ਹਲਕੇ ਅੰਦਾਜ਼ ਚ ਲਿਆ ਉਸ ਨੇ ਪਹਿਲਾਂ ਹੀ ਟਰੂਡੋ ਨੂੰ ਆਪਣਾ ਸਖਤ ਸੰਦੇਸ਼ ਦਿੱਤਾ ਹੈ ਕਿ ਉਹ 20 ਜਨਵਰੀ ਤੱਕ ਬਦਲਾਅ ਦੀ ਉਮੀਦ ਕਰਦੇ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਦੀ ਟੈਰਫ ਦੀ ਧਮਕੀ ਤੋਂ ਬਾਅਦ ਕੈਨੇਡਾ ਅਤੇ ਮੈਕਸੀਕੋ ਵਿਚਾਲੇ ਖੜੋਤ ਹੈ ਦੋਵੇਂ ਦੇਸ਼ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੇ ਨੇ ਤੇ 트ੰਪ ਦਾ ਭਰੋਸਾ ਜਿੱਤਣਾ ਚਾਹੁੰਦੇ ਨੇ ਕਿ ਅਮਰੀਕਾ ਉਹਨਾਂ ਦੇ ਸਮਾਨ ਤੇ 25 ਫੀਸਦੀ ਟੈਰਫ ਨਾ ਲਾਵੇ ਇਸ ਦੌਰਾਨ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿੰਬੌਮ ਨੇ ਕੈਨੇਡਾ ਦੇ ਚੁਟਕੀ ਲਈ ਹੈ ਉਸਨੇ ਕਿਹਾ ਕਿ ਕੈਨੇਡੀਅਨ ਸਿਰਫ ਇਹ ਇੱਛਾ ਕਰ ਸਕਦੇ ਨੇ ਕਿ ਉਹਨਾਂ ਕੋਲ ਮੈਕਸੀਕੋ ਵਰਗੀ ਸੱਭਿਆਚਾਰਕ ਅਮੀਰੀ ਹੋਵੇ 트럼ਪ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ਪੋਸਟ 'ਚ ਧਮਕੀ ਦਿੱਤੀ ਸੀ ਕਿ ਉਹ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਸਮਾਨ ਅਤੇ ਸੇਵਾਵਾਂ 'ਤੇ 25% ਦਾ ਟੈਰਿਫ ਲਗਾ ਦੇਣਗੇ 트럼ਪ ਨੇ ਕਿਹਾ ਸੀ ਕਿ ਉਹ ਉਦੋਂ ਤੱਕ ਟੈਰਿਫ ਲਾਗੂ ਰੱਖਣਗੇ ਜਦੋਂ ਤੱਕ ਇਹਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਦਵਾਈਆਂ ਖਾਸ ਤੌਰ ਤੇ ਫੈਂਟਨਿਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ 'ਚ ਦਾਖਲਾ ਬੰਦ ਨਹੀਂ ਹੋ ਜਾਂਦਾ। 트੍ਰੰਪ ਦੀ ਧਮਕੀ ਤੋਂ ਬਾਅਦ ਮੈਕਸੀਕੋ ਅਤੇ ਕੈਨੇਡਾ ਦੋਵੇਂ 트੍ਰੰਪ ਤੋਂ ਇਹ ਭਰੋਸਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਟੈਰਿਫ ਨੂੰ ਵਾਪਸ ਲੈ ਲਵੇਗਾ। ਕਿਉਂਕਿ ਇਸ ਨਾਲ ਉਹਨਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਵੇਗਾ। ਮੈਕਸੀਕੋ ਅਤੇ ਕੈਨੇਡਾ ਦੋਵੇਂ ਹੀ 트੍ਰੰਪ ਦਾ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ 'ਚ ਇੱਕ ਦੂਜੇ ਨੂੰ ਜ਼ਲੀਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਇਸ ਸਬੰਧ ਵਿੱਚ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ 트੍ਰੰਪ ਵੰਡਣਾ ਅਤੇ ਜਿੱਤਣਾ ਪਸੰਦ ਕਰਦੇ ਨੇ। ਟਰੰਪ ਦੇ ਟੈਰਿਫ ਦੇ ਐਲਾਨ ਤੋਂ ਪਹਿਲਾਂ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੂਬਾਈ ਪ੍ਰੀਮੀਅਰਜ਼ ਨਾਲ ਮੁਲਾਕਾਤ ਕੀਤੀ ਅਤੇ ਫੈਸਲਾ ਕੀਤਾ ਕਿ ਮੈਕਸੀਕੋ ਨੂੰ ਭਵਿੱਖ ਦੀ ਵਪਾਰਕ ਗੱਲਬਾਤ ਤੋਂ ਬਾਹਰ ਰੱਖਿਆ ਜਾਵੇਗਾ ਤੇ ਕੈਨੇਡਾ ਅਮਰੀਕਾ ਵਪਾਰ ਸਮਝੌਤੇ ਉੱਤੇ ਧਿਆਨ ਦਿੱਤਾ ਜਾਵੇਗਾ ਕੈਨੇਡਾ ਦੇ ਇਸ ਕਦਮ ਨੂੰ ਮੈਕਸੀਕੋ ਦੇ ਮੁਖ ਵਾਰਤਾਕਾਰਾਂ ਨੇ ਧੋਖਾ ਦੱਸਿਆ ਹੈ ਟੈਰਿਫ ਦੀ ਧਮਕੀ ਤੋਂ ਬਾਅਦ ਟਰੂਡੋ ਨੇ ਐਤਵਾਰ ਨੂੰ ਫਲੋਰੀਡਾ ਰਿਜ਼ੋਰਟ 'ਚ ਟਰੰਪ ਨਾਲ ਮੁਲਾਕਾਤ ਕੀਤੀ ਬੈਠਕ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਵਪਾਰ ਅਤੇ ਪ੍ਰਵਾਸ ਦੇ ਮੁੱਦਿਆਂ 'ਤੇ ਚਰਚਾ ਹੋਈ ਰੂਡੋ ਆਪਣੀ ਦੂਜੀ ਜਿੱਤ ਤੋਂ ਬਾਅਦ 트੍ਰੰਪ ਨੂੰ ਮਿਲਣ ਵਾਲੇ G7 ਗਰੁੱਪ ਦੇ ਪਹਿਲੇ ਨੇਤਾ ਸਨ ਤੇ ਉਸ ਨੂੰ ਉਹਨਾਂ ਲਈ ਕੌਟਨੀਤਿਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਨਬੌਮ ਨੇ ਕਿਹਾ ਕਿ ਮੈਕਸੀਕੋ ਦੇ ਵਪਾਰਕ ਭਾਈਵਾਲਾਂ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਨਬੌਮ ਨੇ ਪਿਛਲੇ ਹਫ਼ਤੇ 트੍ਰੰਪ ਨਾਲ ਫੋਨ 'ਤੇ ਗੱਲ ਕੀਤੀ ਤੇ ਨਸ਼ਿਆਂ ਅਤੇ ਇਮੀਗ੍ਰੇਸ਼ਨ ਮੁੱਦਿਆਂ 'ਤੇ ਚਰਚਾ ਕੀਤੀ। ਉਹ 트੍ਰੰਪ ਨੂੰ ਇਹ ਯਕੀਨ ਦਿਵਾਉਣ ਲਈ ਬਹੁਤ ਦਬਾਹ ਹਿੱਟ ਹੈ ਕਿ ਉਹਨਾਂ ਦਾ ਦੇਸ਼ ਸਰਹੱਦ ਤੇ ਪ੍ਰਵਾਸੀਆਂ ਤੇ ਫੈਂਟਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਦੇ ਸਮਰੱਥ ਹੈ ਮੰਗਲਵਾਰ ਦੇਰ ਸ਼ਾਮ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਫੈਂਟਨਿਲ ਦੀ ਖਪਤ ਦੀ ਸਮੱਸਿਆ ਮੈਕਸੀਕੋ ਨਾਲੋਂ ਵੀ ਜ਼ਿਆਦਾ ਗੰਭੀਰ ਹੈ ਅਸੀਂ ਇਸ 扑ਕਾਹਟ ਦੇ ਅੱਗੇ ਝੁਕਾਂਗੇ ਨਹੀਂ ਕਿ ਕਿਹੜਾ ਦੇਸ਼ ਬਿਹਤਰ ਹੈ ਸਾਡੇ ਦੇਸ਼ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਮੈਕਸੀਕੋ ਦੀ ਵਰਤੋਂ ਕੈਨੇਡੀਅਨ ਚੋਨ ਮੁਹਿੰਮ ਦੇ ਹਿੱਸੇ ਵਜੋਂ ਨਹੀਂ ਕੀਤੀ ਜਾਣੀ ਚਾਹੀਦੀ ਇਸ ਤੋਂ ਬਾਅਦ ਸ਼ਿਨ ਬੌਮ ਨੇ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਕੈਨੇਡਾ ਸਿਰਫ ਇਹ ਇੱਛਾ ਕਰ ਸਕਦਾ ਹੈ ਕਿ ਉਸ ਕੋਲ ਮੈਕਸੀਕੋ ਦੀ ਸੱਭਿਆਚਾਰਕ ਅਮੀਰੀ ਹੋਵੇ ਸ਼ਿਨ ਬੌਮ ਨੇ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਸਭਿਆਤਾਵਾਂ ਨੇ ਮੈਕਸੀਕਨ ਰਾਸ਼ਟਰਪਤੀ ਦੇ ਇਸ ਬਿਆਨ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕੂਟਨੀਤਿਕ ਦੇ ਮਾਮਲੇ ਗੁਪਤ ਰਹਿਣੇ ਚਾਹੀਦੇ ਨੇ ਇਸ ਸਾਲ ਕੈਨੇਡਾ ਦੀ ਸਰਹੱਦ ਤੇ 2 ਲੱਖ ਲੋਕ ਫੜੇ ਗਏ ਜਿਨ੍ਹਾਂ ਚੋਂ 22% ਭਾਰਤੀ ਨੇ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਭਾਰਤੀ ਪ੍ਰਵਾਸੀਆਂ ਦੀ ਗੈਰਕਾਨੂੰਨੀ ਕੁਸਪੈਟ ਪਿਛਲੇ ਕੁਝ ਸਾਲਾਂ ਤੋਂ ਵਧੀ ਹੋਈ ਹੈ ਯੂਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ ਸਾਲ 2024 ਚ ਹੁਣ ਤੱਕ ਇਸ ਸਰਹੱਦ ਤੇ 43764 ਭਾਰਤੀਆਂ ਨੂੰ ਫੜਿਆ ਗਿਆ ਹੈ ਜੋ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਕੁੱਲ 198929 ਮਾਮਲਿਆਂ ਦਾ 22% ਹੈ ਸਾਲ 2022 ਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਗੈਰ ਕਾਨੂੰਨੀ ਤਰੀਕੇ ਨਾਲ 1,09,535 ਵਿਅਕਤੀ ਫੜੇ ਗਏ ਸਨ ਜਿਨ੍ਹਾਂ ਵਿੱਚੋਂ 16% ਭਾਰਤੀ ਸਨ ਜਦਕਿ 2023 ਚ 1,99,402 ਲੋਕਾਂ ਨੇ ਲੰਘੇ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ 30,010 ਭਾਰਤੀ ਨਾਗਰਿਕ ਸਨ ਇਹ ਉਹ ਗਿਣਤੀ ਹੈ ਜੋ ਬਾਰਡਰ ਕ੍ਰਾਸਿੰਗ ਤੇ ਫੜੇ ਗਏ ਨੇ ਇਸ ਵਿੱਚ ਅਮਰੀਕਾ ਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਕੈਨੇਡਾ ਰਾਹੀਂ ਅਮਰੀਕਾ ਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਚ ਭਾਰਤ ਲਾਤੀਨੀ ਅਤੇ ਕਰੇਬੀਅਨ ਤੋਂ ਬਾਅਦ ਦੂਜੇ ਨੰਬਰ ਤੇ ਹੈ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦੇ ਕਈ ਕਾਰਨ ਨੇ ਵਸ਼ਿੰਗਟਨ ਸਥਿਤ ਥਿੰਕ ਟੈਂਕ ਨਿਸਕੈਨਨ ਸੈਂਟਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧਣ ਦਾ ਕਾਰਨ ਕੈਨੇਡਾ ਦੀ ਆਸਾਨ ਵੀਜ਼ਾ ਪ੍ਰਕਿਰਿਆ ਨੂੰ ਦੱਸਿਆ ਹੈ ਨਿਸਕੈਨਨ ਸੈਂਟਰ ਦੀ ਇੱਕ ਰਿਪੋਰਟ ਅਨੁਸਾਰ ਕੈਨੇਡੀਅਨ ਵੀਜ਼ਾ ਲਈ ਔਸਤ ਸਮਾਂ 76 ਦਿਨ ਸੀ ਜਦਕਿ ਅਮਰੀਕਾ ਲਈ ਲਗਭਗ 1 ਸਾਲ ਹੈ ਨਾਲ ਹੀ ਅਮਰੀਕਾ ਦੇ ਮੁਕਾਬਲੇ ਕੈਨੇਡਾ ਲਈ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਸੌਖਾ ਹੈ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਮਾਹਿਰ ਰਸਲ ਏ ਸਟੈਮੈਂਟਸ ਅਨੁਸਾਰ ਭਾਰਤੀ ਆਰਥਿਕ ਸੁਧਾਰ ਦੇ ਆਪਣੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਖਤਰਨਾਕ ਜੋਖਮ ਉਠਾਉਣ ਲਈ ਮਜਬੂਰ ਹੁੰਦੇ ਨੇ ਤਸਕਰੀ ਦੇ ਨੈਟਵਰਕ ਅਤੇ ਬਾਈਡਨ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ ਇਹ ਗਿਣਤੀ ਵਧੀ ਹੈ ਇਸ ਕੋ ਸਪੈਟ ਨੂੰ ਵਧਾਉਣ ਚ ਬਾਈਡਨ ਪ੍ਰਸ਼ਾਸਨ ਦੀ ਖੁੱਲੀ ਸਰਹੱਦ ਦੀ ਨੀਤੀ ਵੀ ਭੂਮਿਕਾ ਨਿਭਾਰੀ ਹੈ ਤਸਕਰੀ ਦੇ ਨੈਟਵਰਕ ਸਰਹੱਦ ਤੇ ਢਿੱਲੀ ਸੁਰੱਖਿਆ ਦਾ ਫਾਇਦਾ ਉਠਾ ਰਹੇ ਨੇ ਇਹ ਨੈਟਵਰਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਅਤ ਰਸਤੇ ਅਤੇ ਆਸਾਨ ਦਾਖਲੇ ਦਾ ਦਾਅਵਾ ਕਰਦਾ ਹੈ। ਸੋਸ਼ਲ ਮੀਡੀਆ ਤੇ ਵੀ ਇਹਨਾਂ ਰੂਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਜ਼ਿਆਦਾ ਲੋਕ ਇਸ ਖਤਰਨਾਕ ਯਾਤਰਾ ਲਈ ਤਿਆਰ ਹੋ ਰਹੇ ਨੇ। ਵਕੀਲ ਜਿਸ਼ਾਨ ਫਾਰੂਕੀ ਮੁਤਾਬਕ ਸੀਮਾ ਸੁਰੱਖਿਆ ਨਿਗਮਾਂ 'ਚ ਬਦਲਾ ਦੀ ਲੋੜ ਹੈ। ਲੰਬੀ ਅਮਰੀਕਾ-ਕੈਨੇਡਾ ਸਰਹੱਦ ਅਤੇ ਘੱਟ ਸੁਰੱਖਿਆ ਇਸ ਸਮੱਸਿਆ ਨੂੰ ਵਧਾਉਂਦੇ ਨੇ। ਅਮਰੀਕਾ ਕੈਨੇਡਾ ਸਰਹੱਦ ਦੀ ਲੰਬਾਈ 8891 ਕਿਲੋਮੀਟਰ ਹੈ ਇਸ ਤੋਂ ਇਲਾਵਾ ਇਸ ਸਰਹੱਦ ਤੇ ਸੁਰੱਖਿਆ ਬਹੁਤ ਘੱਟ ਹੈ ਇਹ ਗੈਰਕਾਨੂੰਨੀ ਕੁਸਪੈਟ ਲਈ ਇੱਕ ਆਸਾਨ ਰਸਤਾ ਹੈ ਉਸ ਦੇ ਮੁਕਾਬਲੇ ਅਮਰੀਕਾ ਮੈਕਸੀਕੋ ਸਰਹੱਦ ਤੇ ਬਹੁਤ ਸਖਤ ਸੁਰੱਖਿਆ ਹੈ ਕੈਨੇਡਾ ਅਮਰੀਕਾ ਸਰਹੱਦ ਗਸ਼ਟ ਸੀਮਤ ਹੈ ਜਿਸ ਕਾਰਨ ਕੁਸਪੈਟ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ ਮਾਹਿਰ ਇਸ ਸਮੱਸਿਆ ਦੇ ਹੱਲ ਲਈ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਨ ਦੀ ਸਿਫਾਰਿਸ਼ ਕਰ ਰਹੇ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ 트럼ਪ ਅਤੇ ਉਨ੍ਹਾਂ ਦੇ ਚੁਣੇ ਗਏ ਬਾਰਡਰ ਚੀਫ ਟੌਮ ਹੋਮਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਨੂੰ ਧਮਕੀ ਦਿੱਤੀ ਹੈ। ਹੋਮਨ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਚਾਹੀਦਾ ਹੈ ਜਾਂ 25% ਦੇ ਟੈਰਿਫ ਲਈ ਤਿਆਰ ਰਹਿਣਾ ਚਾਹੀਦਾ ਹੈ। 트럼ਪ ਨੇ ਕੁਝ ਸਮਾਂ ਪਹਿਲਾਂ ਇਸ ਮੁੱਦੇ ਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ ਸੀ RCMP ਦਾ ਕਹਿਣਾ ਹੈ ਕਿ ਉਹ ਕੈਨੇਡਾ ਅਮਰੀਕਾ ਬਾਰਡਰ ਤੇ ਮਦਦ ਕਰਨ ਲਈ RCMP ਦੇ ਟ੍ਰੇਨਿੰਗ ਅਧੀਨ ਕੈਡਿਟਸ ਨੂੰ ਤਾਇਨਾਤ ਕਰਨ ਤੇ ਵਿਚਾਰ ਕਰ ਰਿਹਾ ਹੈ ਅਮਰੀਕਾ ਚ ਆਗਾਮੀ ਟਰੰਪ ਪ੍ਰਸ਼ਾਸਨ ਵੱਲੋਂ ਟੈਰਿਫ ਦੀਆਂ ਧਮਕੀਆਂ ਦੇ ਮੱਦੇਨਜ਼ਰ ਬਾਰਡਰ ਨਿਯੰਤਰਣ ਨੂੰ ਲੈ ਕੇ ਸਿਆਸੀ ਚਿੰਤਾ ਵਧ ਗਈ ਹੈ RCMP ਕਮਿਸ਼ਨਰ ਮਾਈਕ ਡੋਹੀਮ ਨੇ ਕਿਹਾ ਹੈ ਕਿ RCMP ਪਹਿਲਾਂ ਆਪਣੇ ਫੈਡਰਲ ਪੁਲਿਸ ਵਿਭਾਗ ਤੋਂ ਵਰਦੀ ਧਾਰੀ ਅਧਿਕਾਰੀਆਂ ਨੂੰ ਸਰਹੱਦੀ ਗਸ਼ਤ ਨੂੰ ਤੇਜ਼ ਕਰਨ ਲਈ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰੋਤਾਂ ਦੀ ਕਮੀ ਹੁੰਦੀ ਹੈ ਤੇ ਰੇਜੀਨਾ ਵਿੱਚ RCMP ਟ੍ਰੇਨਿੰਗ ਡਿਪੂ ਤੋਂ ਕੈਡਟਸ ਨੂੰ ਭੇਜਣ ਤੇ ਵੀ ਵਿਚਾਰ ਮੇਜਤੇ ਹੈ ਉਨ੍ਹਾਂ ਜ਼ਿਕਰ ਕੀਤਾ ਕਿ 2014 ਚ ਇੱਕ ਬੰਦੂਕ ਧਾਰੀ ਵੱਲੋਂ ਸੁਰੱਖਿਆ ਕਰਮੀ ਨਿਥਨ ਸੇਰੀਲੋ ਦੀ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਫਿਰ ਪਾਰਲੀਮੈਂਟ ਦੇ ਸੈਂਟਰ ਬਲਾਕ ਤੇ ਧਾਵਾ ਬੋਲਣ ਤੋਂ ਬਾਅਦ ਪਾਰਲੀਮੈਂਟ ਹਿੱਲ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ RCMP ਕੈਡਟਸ ਦੀ ਵਰਤੋਂ ਕੀਤੀ ਗਈ ਸੀ ਡੋਹਿਮ ਨੇ ਹਾਊਸ ਆਫ ਕਾਮਨਸ ਦੀ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਐਮਪੀਜ਼ ਨੂੰ ਦੱਸਿਆ ਕਿ ਪਨਾਹਗੀਆਂ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਬਾਰੇ ਕੈਨੇਡਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਆਉਣ ਵਾਲੇ ਅਮਰੀਕੀ ਪ੍ਰਸ਼ਾਸਨ ਦੀਆਂ ਸਰਹੱਦੀ ਚਿੰਤਾਵਾਂ ਨੂੰ ਘਟ ਕਰਨ ਲਈ ਐਮਰਜੈਂਸੀ ਉਪਾਅਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਅਮਰੀਕਾ 'ਚ ਫੈਂਟਾਨਿਲ ਦੇ ਪ੍ਰਵਾਹ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਪਿਛਲੇ ਹਫਤੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਗਲੇ ਮਹੀਨੇ ਅਹੁਦਾ ਸੰਭਾਲਣ ਤੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ 25% ਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। 트ੰਪ ਦੀ ਟੈਰਿਫ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਸਰਹੱਦ ਤੇ ਬਿਹਤਰ ਨਿਗਰਾਨੀ ਰੱਖਣ ਲਈ ਹੋਰ ਹੈਲੀਕਾਪਟਰ ਤੇ ਡਰੋਨ ਖਰੀਦਣ ਲਈ ਵਚਨਬੱਧਤਾ ਪ੍ਰਗਟਾਈ ਹੈ। ਡੋਹੀਮ ਨੇ ਕਿਹਾ ਕਿ RCMP ਨੇ ਫੈਡਰਲ ਸਰਕਾਰ ਨੂੰ ਬਾਰਡਰ ਤੇ ਮੌਜੂਦ ਵਰਦੀ ਧਾਰੀ ਅਧਿਕਾਰੀਆਂ ਦੀ ਗਿਣਤੀ ਵਧਾਉਣ ਲਈ ਆਖਿਆ ਹੈ। ਏਅਰ ਕੈਨੇਡਾ ਨੇ ਆਪਣੇ ਮੁਸਾਫਰਾਂ ਨੂੰ ਝਟਕਾ ਦਿੰਦਿਆਂ 3 ਜਨਵਰੀ 2025 ਤੋਂ ਲੈਪਟਾਪ ਜਾਂ ਹੋਰ ਨਿੱਜੀ ਵਸਤਾਂ ਵਾਲੇ ਬੈਗ ਲਿਜਾਣ ਤੇ ਫੀਸ ਲਾਗੂ ਕਰ ਦਿੱਤੀ ਹੈ। ਪਹਿਲੇ ਬੈਗ ਵਾਸਤੇ 35 ਡਾਲਰ ਅਤੇ ਦੂਜੇ ਬੈਗ ਵਾਸਤੇ 50 ਡਾਲਰ ਫੀਸ ਤੈਅ ਕੀਤੀ ਗਈ ਹੈ ਤੇ ਬਗੈਰ ਫੀਸ ਅਦਾਇਗੀ ਤੋਂ ਜਹਾਜ਼ ਦੇ ਦਰਵਾਜ਼ੇ ਤੱਕ ਪੁੱਜਣ ਵਾਲਿਆਂ ਨੂੰ 35 ਡਾਲਰ ਦੀ ਬਜਾਏ 65 ਡਾਲਰ ਅਦਾ ਕਰਨੇ ਹੋਣਗੇ। ਨਵੇਂ ਨਿਯਮ ਸਸਤੀਆਂ ਟਿਕਟਾਂ ਵਾਲੇ ਰੂਟਸ ਤੇ ਲਾਗੂ ਕੀਤੇ ਜਾ ਰਹੇ ਨੇ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਉੱਤਰੀ ਅਮਰੀਕਾ ਤੇ ਯੂਰਪ ਦੇ ਕਈ ਮੁਲਕਾਂ ਵੱਲ ਜਾਣ ਵਾਲੀਆਂ ਸਸਤੀਆਂ ਟਿਕਟਾਂ ਖਰੀਦਣ ਵਾਲਿਆਂ ਨੂੰ ਸਿਰਫ ਇੱਕ ਨਿੱਜੀ ਵਸਤੂ ਲੈ ਜਾਣ ਦੀ ਇਜਾਜ਼ਤ ਹੋਵੇਗੀ। ਨਿੱਜੀ ਵਸਤਾਂ ਵਿੱਚ ਬੀਬੀਆਂ ਦੇ ਪਰਸ, ਛੋਟੇ ਬੈਗ, ਲੈਪਟਾਪ ਬੈਗ ਅਤੇ ਉਹ ਚੀਜ਼ਾਂ ਸ਼ਾਮਲ ਹੋਣਗੀਆਂ ਜੋ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖੀਆਂ ਜਾ ਸਕਦੀਆਂ ਨੇ। ਸੀਟ ਦੇ ਉੱਪਰ ਵਾਲੇ ਕੰਪਾਰਟਮੈਂਟ 'ਚ ਰੱਖੀਆਂ ਜਾਣ ਵਾਲੀਆਂ ਵਸਤਾਂ ਦੇ ਅਵਸਤ ਫੀਸ ਵਸੂਲੀ ਜਾਵੇਗੀ। ਸਿਰਫ ਇੰਨਾ ਹੀ ਨਹੀਂ 에어 ਕੈਨੇਡਾ ਦੇ ਮੁਸਾਫਰਾਂ ਵਾਸਤੇ ਮੁਫਤ ਚ ਸੀਟ ਬਦਲਣ ਦੀ ਰੈਅਤ ਵੀ ਖਤਮ ਕੀਤੀ ਜਾ ਰਹੀ ਹੈ 21 ਜਨਵਰੀ 2025 ਤੋਂ ਜਿਹੜੇ ਮੁਸਾਫਰ ਬੇਸਿਕ ਕਿਰਾਏ ਦੇ ਸਫ਼ਰ ਕਰ ਰਹੇ ਹੋਣਗੇ ਉਹਨਾਂ ਨੂੰ ਸੀਟ ਬਦਲਣ ਦੇ ਐਵਲਸਟ ਫੀਸ ਅਦਾ ਕਰਨੀ ਹੋਵੇਗੀ ਫੀਸ ਦੀ ਰਕਮ ਸਬੰਧਤ ਮੁਸਾਫਰ ਵੱਲੋਂ ਚੁਣੀ ਜਾਣ ਵਾਲੀ ਨਵੀਂ ਸੀਟ ਤੇ ਨਿਰਭਰ ਕਰੇਗੀ 에어ਲਾਈਨ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਮੁਸਾਫਰਾਂ ਵੱਲੋਂ ਆਪਣੇ ਪੱਧਰ ਤੇ ਸੀਟਾਂ ਬਦਲਣ ਦੇ ਐਵਲਸਟ ਕੋਈ ਫੀਸ ਵਸੂਲੀ ਜਾ ਸਕਦੀ ਹੈ ਜਾਂ ਨਹੀਂ ਏਅਰ ਕੈਨੇਡਾ ਦੀਆਂ ਤਾਜ਼ਾ ਤਬਦੀਲੀਆਂ ਵੈਸਟ ਜੈਟ ਦੀ ਵਿਵਾਦਿਤ ਅਲਟਰਾ ਬੇਸਿਕ ਟਿਕਟ ਤੋਂ ਬਾਅਦ ਆਈਆਂ ਨੇ ਵੈਸਟ ਜੈਟ ਦੀ ਇਸ ਸ਼੍ਰੇਣੀ 'ਚ ਮੁਸਾਫਰਾਂ ਨੂੰ ਬਿਨਾਂ ਫੀਸ ਤੋਂ ਕੋਈ ਕੈਰੀ-ਆਨ ਬੈਗ ਲਿਜਾਣ ਦੀ ਇਜਾਜ਼ਤ ਨਹੀਂ ਹੈ ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਲਗੇਜ ਦੇ ਮਾਮਲੇ 'ਚ ਲਾਗੂ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੋਰਨਾਂ 에ਅਰਲਾਈਨਸ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਦੇ ਬਿਲਕੁਲ ਬਰਾਬਰ ਨੇ ਉਧਰ ਮੁਸਾਫਰਾਂ ਵੱਲੋਂ ਏਅਰ ਕੈਨੇਡਾ ਵੱਲੋਂ ਲਾਗੂ ਫੀਸ ਨੂੰ ਗੈਰਵਾਜਬ ਕਰਾਰ ਦਿੱਤਾ ਗਿਆ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에어ਪੋਰਟ ਤੋਂ ਫਲੋਰੀਡਾ ਜਾਰੀ ਐਨੀ ਕ੍ਰੇਟਰ ਨੇ ਕਿਹਾ ਕਿ ਜਦੋਂ ਕਿਰਾਇਆ ਹੀ ਅਦਾ ਕਰ ਦਿੱਤਾ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਵਾਸਤੇ ਵੱਖਰੀ ਫੀਸ ਕਿਉਂ ਮੁਸਾਫਰਾਂ ਦਾ ਕਹਿਣਾ ਸੀ ਕਿ ਬੇहद ਘੱਟ ਕਿਰਾਏ ਤੇ ਹਵਾਈ ਸਫਰ ਕਰਵਾਉਣ ਵਾਲੀ ਫਲੇਅਰ 에어ਲਾਈਨਸ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਨਹੀਂ ਕੀਤਾ ਜਾਂਦਾ ਤਾਂ ਸਮਝ ਵੀ ਆਉਂਦਾ ਪਰ 에어 ਕੈਨੇਡਾ ਤੋਂ ਅਜਿਹੀ ਉਮੀਦ ਨਹੀਂ ਸੀ ਦੱਸਦੀ ਕਿ ਪੋਰਟਰ ਫਲੇਅਰ ਅਤੇ ਸਨਵਿੰਗ ਵੱਲੋਂ ਕੈਰੀ-ਆਨ ਲੱਗੇਜ ਤੇ ਫੀਸ ਵਸੂਲ ਕੀਤੀ ਜਾਂਦੀ ਹੈ ਇਸੇ ਦੌਰਾਨ ਯਾਰਕ ਯੂਨੀਵਰਸਿਟੀ ਦੇ ਸ਼ੁਲਿਚ ਸਕੂਲ ਆਫ ਬਿਜ਼ਨਸ ਦੇ ਇਕਨੋਮਿਕਸ ਦੇ ਐਸੋਸੀਏਟ ਪ੍ਰੋਫੈਸਰ ਫਰੈਡ ਲਾਜ਼ਾਰ ਦਾ ਕਹਿਣਾ ਸੀ ਕਿ ਅਜਿਹੀ ਫੀਸ ਤੇ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਕਿਉਂਕਿ ਵੱਡੀ ਗਿਣਤੀ 'ਚ ਫਲਾਈਟਸ ਸਿਰਫ ਇਸ ਕਰਕੇ ਲੇਟ ਹੁੰਦੀਆਂ ਹਨ ਕਿਉਂਕਿ ਕਈ ਲੋਕ ਕੈਰੀਅਨ ਲੱਗੇਜ ਦੀ ਸਕਰੀਨਿੰਗ ਨਹੀਂ ਕਰਵਾਉਂਦੇ ਤੇ ਪ੍ਰਕਿਰਿਆ ਨੂੰ ਪੂਰਾ ਕਰਦੇ ਆ ਸਮਾਂ ਲੱਗ ਜਾਂਦਾ ਹੈ ਉਧਰ ਯੂਰਪ ਵੱਲ ਵੇਖਿਆ ਜਾਵੇ ਤਾਂ ਸਪੇਨ 'ਚ 5 에ਅਰਲਾਈਨਸ ਨੂੰ ਜੁਰਮਾਨਾ ਲਾਇਆ ਗਿਆ ਜੋ ਮੁਸਾਫਰਾਂ ਤੋਂ ਕੈਰੀਅਨ ਲੱਗੇਜ ਵਾਸਤੇ ਵਾਧੂ ਫੀਸ ਵਸੂਲ ਰਹੀਆਂ ਸਨ ਕਰੀਬ 4 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਸਰਨੀਆਂ ਸ਼ਹਿਰ ਗਏ ਫੋਕਲ ਪੁਆਇੰਟ ਇਲਾਕੇ ਦੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਨੌਜਵਾਨ ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਗੱਲ ਦਾ ਪਤਾ ਲੱਗਦਾ ਹੈ ਹੀ ਕੈਨੇਡੀਅਨ ਪੁਲਿਸ ਨੇ ਮੌਕੇ ਤੇ ਜਾ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰ ਆਸੀਸ ਵਜੋਂ ਹੋਈ ਹੈ। ਪੁਲਿਸ ਨੇ ਕ੍ਰੈਂਸਲੀ ਹੰਟਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜੋ ਉਸ ਦੇ ਨਾਲ ਕਮਰੇ 'ਚ ਰਹਿੰਦਾ ਸੀ। ਗੁਰ ਆਸੀਸ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰ 'ਚ ਸੋਗ ਦੀ ਲਹਿਰ ਫੈਲ ਗਈ ਤੇ ਉਸ ਦੀ ਮਾਂ ਦੀ ਹਾਲਤ ਵਿਗੜ ਗਈ। ਜਸਨੂ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਰਿਵਾਰ ਵੱਲੋਂ ਗੁਰ ਅਸੀਸ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ ਪਰਿਵਾਰ ਨੇ ਦੱਸਿਆ ਕਿ ਗੁਰ ਅਸੀਸ ਨੇ ਪੀਸੀਟੀਈ ਕਾਲਜ ਬੱਦੋਵਾਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਬਿਜ਼ਨਸ ਤੇ ਪੋਸਟ ਗ੍ਰੈਜੂਏਸ਼ਨ ਕਰਨ ਲਈ ਕੈਨੇਡਾ ਗਿਆ ਸੀ ਜਿਸ ਨੇ ਲੈਂਪਟਨ ਕਾਲਜ ਸਰਨੀਆਂ ਚ ਦਾਖਲਾ ਲਿਆ ਸੀ ਤੇ ਉਸੇ ਸ਼ਹਿਰ ਦੀ ਕוויਨ ਸਟਰੀਟ ਚ ਕਿਰਾਏ ਦੇ ਕਮਰੇ ਚ ਰਹਿੰਦਾ ਸੀ ਤੇ ਉਕਤ ਦੋਸ਼ੀ ਵੀ ਉਸ ਦੇ ਨਾਲ ਹੀ ਰਹਿੰਦਾ ਸੀ ਦੱਸਿਆ ਜਾਂਦਾ ਕਿ ਦੋਵੇਂ ਇੱਕੋ ਰਸੋਈ ਦਾ ਇਸਤੇਮਾਲ ਕਰਦੇ ਸਨ ਤੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਰਸੋਈ 'ਚ ਝਗੜਾ ਹੋ ਗਿਆ ਤੇ ਮਲਜ਼ਮਾ ਨੇ ਚਾਕੂ ਨਾਲ ਕਈ ਵਾਰ ਕੀਤੇ ਗੁਰ ਅਸੀਸ ਦੀ ਮਾਂ ਨੇ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਗੁਰ ਅਸੀਸ ਦਾ ਫੋਨ ਆਇਆ ਸੀ ਤੇ ਉਹ ਆਪਣੀ ਮਾਂ ਨੂੰ ਕੈਨੇਡਾ ਬੁਲਾਉਣ ਦੀ ਗੱਲ ਕਰ ਰਿਹਾ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ 'ਚ ਸ਼ਰਨ ਲਈ ਦਾਅਵਾ ਕਰਨਾ ਨਹੀਂ ਰਿਹਾ ਆਸਾਨ ਕ੍ਰੂਡੋ ਸਰਕਾਰ ਦੁਨੀਆ ਭਰ 'ਚ ਚਲਾਏਗੀ ਪ੍ਰਚਾਰ ਮੁਹਿੰਮ ਪ੍ਰਾਈਵੇਟ ਰਿਫਿਊਜੀ ਸਪਾਂਸਰਸ਼ਿਪ ਉੱਪਰ ਅਗਲੇ ਸਾਲ ਤੱਕ ਰੋਕ ਬੇਨਕਾਰ ਹੋਰ ਪ੍ਰੋਗਰਾਮਾਂ ਤਹਿਤ ਸ਼ਰਨਾਰਥੀ ਅਰਜ਼ੀਆਂ ਦੇਖ ਸਕਣਗੇ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਣ ਦੀ ਕਹੀ ਗੱਲ ਟਰੰਪ ਦੇ ਮਜ਼ਾਕ ਤੇ ਜਸਟਿਨ ਟਰੂਡੋ ਦੀ ਹਾਲਤ ਹੋਈ ਪਤਲੀ। ਟਰੰਪ ਦੀ ਧਮਕੀ ਮਗਰੋਂ ਆਪਸ 'ਚ ਉਲਝੇ ਕੈਨੇਡਾ ਤੇ ਮੈਕਸੀਕੋ ਦੋਵੇਂ ਦੇਸ਼ਾਂ ਦੇ ਲੀਡਰ ਇੱਕ ਦੂਜੇ ਖਿਲਾਫ ਕਰ ਰਹੇ ਬਿਆਨਬਾਜ਼ੀ। ਇਸ ਦਿਨਾਲੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।